ਸਵਾਲਾਂ ਦਾ ਹਾਦਸਾ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਮੁੱਦੇ ਕੀ ਬਾਤ ਜਾ ਰਹੀ ਹੈ ਅਸੀਂ ਸਵਾਲ ਪੁੱਛਿਆ ਕਿ ਲੁਧਿਆਣਾ ਅਗਨੀ ਕਾਂਡ ਵਰਗੇ ਹਾਦਸੇ ਰੋਕਣ ਦੇ ਲਈ ਰੂਟ ਮੈਪ ਪੜ੍ਹਨਾ ਚਾਹੀਦਾ ਜਵਾਬ SMS ਰਾਹੀਂ ਭੇਜੋ ਆਦ ਲਈ ਤੇ PHH ਸਪੇਸ ਬਾਈ ਨਾਦ ਲਈ ਤੇ PHH ਸਪੇਸ ਐਨ ਇਸ ਨੂੰ ਭੇਜੋ 575 75 ਤੇ ਲਾਈਵ ਕਾਲ ਸਰ ਅਗਲਾ ਆ ਗਿਆ ਅਮਰੀਕ ਨੇ ਪਹਿਲੇ ਕਾਲਰ ਫਾਦਲ ਕਾ ਤੋਂ ਅਮਰੀਕ ਜੀ ਕੀ ਹੈ ਤੁਹਾਡੀ ਰਾਏ ਵੀਰ ਜੀ ਇਹਨਾਂ ਨੂੰ 5 ਮੰਜ਼ਿਲਾ ਇੰਨੀ ਉੱਚੀ ਬਿਲਡਿੰਗ ਹੁੰਦੀ ਹੈ ਕਿ ਸਰਕਾਰ ਤੇ ਕਿਸੇ ਵੀ ਵਿਅਕਤੀ ਜਾਂ ਕਿਸੇ ਨੂੰ ਦਿਖੀ ਨੀ ਕਿ ਇੰਨੀ ਉੱਚੀ ਬਿਲਡਿੰਗ ਬਣਾ ਰਹੇ ਹੈ ਤੇ ਅਸੀਂ ਤਾਂ ਮਨਜ਼ੂਰ ਕੀਤੀ ਹੈ ਕਿ 2 ਮੰਜ਼ਿਲ ਬਣਾਵਾਂਗੇ ਤੇ ਇੱਕ ਸਵਾਲ ਵੀਰ BJP ਵਾਲਿਆਂ ਕੋਲ ਹੋਏਗਾ ਸਾਡਾ ਇਹ ਸਵਾਲ ਹੈ ਕਿ ਸਾਡੇ ਪਿੰਡ ਪੱਤਰੇ ਵਾਲੇ ਵਿੱਚ ਅੱਜ 15 ਸਾਲ ਹੋ ਗਏ ਕਮਰਿਆਂ ਦੇ ਅਸੀਂ ਕਦੇ ਉਧਾਰ ਕਾਰਡ ਦਿੰਦੇ ਜਾਂਦੇ ਕਦੇ ਕੁਛ ਦਿੰਦੇ ਜਾਂਦੇ ਹਾਂ ਕਿ ਅਸੀਂ ਚੋਰ ਹੈਗੇ ਹਾਂ ਅਜੇ ਤਾਂ ਕਮਰਿਆਂ ਦਾ ਹੀ ਨੀ ਇਹਨਾਂ ਨੂੰ ਪਤਾ ਵੀ ਕਮਰੇ ਅਸੀਂ ਦੇਣੇ ਕਿ ਨਹੀਂ ਦੇਣੇ ਦਰਸ਼ਕਾਂ ਤੋਂ ਅਸੀਂ ਸਵਾਲ ਪੁੱਛਿਆ ਕਿ ਲੁਧਿਆਣਾ ਅਗਨੀ ਕਾਂਡ ਵਰਗੇ ਹਾਦਸੇ ਰੋਕਣ ਲਈ ਕੋਈ ਰੋਡ ਮੈਪ ਬਣਨਾ ਚਾਹੀਦਾ ਹੈ ਕੁਲਦੀਪ ਨੇ ਅਗਲੇ ਕਾਲਰ ਖੰਨਾ ਤੋਂ ਕੁਲਦੀਪ ਜੀ ਕੀ ਹੈ ਤੁਹਾਡੀ ਰਾਏ ਕੁਲਦੀਪ ਜੀ ਰਾਏ ਆਪਣੀ ਸਾਂਝੀ ਕਰ ਲਓ ਸਰਕਾਰੀ ਨੌਕਰੀ ਵੱਲ ਇਸੇ ਵੱਲ ਭੱਜਦੇ ਨੇ ਕਿ ਸਰਕਾਰ ਵੱਲੋਂ ਉਹਨਾਂ ਨੂੰ ਮੋਟੀ ਤਨਖਾਹ ਮਿਲਦੀ ਹੈ ਜੀ ਦੂਜੀ ਗੱਲ ਉਹਨਾਂ ਦੀ ਡਿਊਟੀ ਜਿਹੜੇ ਕੰਮ ਨੂੰ ਰੋਕਣ ਵਾਸਤੇ ਲੱਗੀ ਹੁੰਦੀ ਹੈ ਉਹ ਉਹਨਾਂ ਤੋਂ ਹੀ ਪੈਸੇ ਲੈ ਕੇ ਉਹਦੀ ਤਿਗਣੀ ਚੌਗਣੀ ਕਮਾਈ ਕਰਦੇ ਨੇ ਜੀ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਜੀ ਪੁਲਿਸ ਦੇ ਵਿੱਚ ਲਾਈਨ ਹਾਜ਼ਰ ਦਾ ਕੀ ਮਤਲਬ ਹੁੰਦਾ ਹੈ ਉਹ ਕਹਿੰਦੇ ਲਾਈਨ ਹਾਜ਼ਰ ਦੇ ਵਿੱਚ ਡਿਊਟੀ ਪਾਸੇ ਹੋ ਜਾਂਦੀ ਹੈ ਤਨਖਾਹ ਮਿਲਦੀ ਰਹਿੰਦੀ ਹੈ ਮੈਂ ਕਿਹਾ ਸਜ਼ਾ ਕਿਸੇ ਗੱਲ ਦੀ ਉਹ ਕਹਿੰਦੇ ਤਨਖਾਹ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਹਰ ਇੱਕ ਜਿਹੜਾ ਹੈਗਾ ਮੁਖੀ ਨੂੰ 1-2 ਲੱਖ 4 ਲੱਖ ਤੱਕ ਉੱਪਰ ਦੀ ਆਮਦਨ ਹੁੰਦੀ ਹੈ ਜੀ ਕੋਈ ਵੀ ਆਪਾਂ ਦੇਖੀਏ ਜਿਹੜਾ ਕਿ ਮਤਲਬ ਕਿ ਕੰਟਰੋਲ ਕਰਨਾ ਚਾਹੇ ਉਹ ਫੈਕਟਰੀਆਂ ਦੇ ਵਿੱਚ ਜਿਹੜਾ ਨਿਯਮਾਂ ਨੂੰ ਲਾਗੂ ਕਰਾਉਣ ਲੈ ਲਈਏ ਉਹ ਸਰਕਾਰ ਵੱਲੋਂ ਵੀ ਜਿਹੜੇ ਮੁਲਾਜ਼ਮ ਤਨਖਾਹ ਲੈ ਰਹੇ ਨੇ ਤੇ ਅੱਗੇ ਫੈਕਟਰੀਆਂ ਤੋਂ ਜਿਹੜੇ ਹੁਕਮ ਅਦੁੱਲੀ ਕਰ ਰਹੇ ਨੇ ਗਲਤ ਮਤਲਬ ਨਜਾਇਜ਼ ਕਰ ਰਹੇ ਨੇ ਉਧਰੋਂ ਵੀ ਪੈਸੇ ਲੈ ਲੈ ਰਹੇ ਚਲੋ ਧੰਨਵਾਦ ਇੱਕ ਕਿਸਮ ਦੀ ਪ੍ਰਾਈਵੇਟ ਨੌਕਰੀ ਦੇ ਮੁਕਾਬਲੇ ਧੰਨਵਾਦ ਮਾਫ ਕਰਨਾ ਹੁਣ ਮਹਿਮਾਨਾਂ ਕੋ ਚੱਲਦੇ ਆਂ ਬੀਜੇਪੀ ਦੇ ਲਈ ਸਵਾਲ ਆਇਆ ਸੀ ਸੁਬੋਧ ਵਰਮਾ ਜੀ ਤੁਸੀਂ ਆਪ ਖੁਦ ਵੀ ਮੰਨਿਆ ਕਿ ਇਹ ਪੋਲੀਟੀਕਲ ਸਿਸਟਮ ਦੀ ਸਾਰੀ ਜਿਹੜੀ ਹੈ ਛਾਂ ਹੇਠੇ ਸਭ ਕੁਝ ਹੋ ਰਿਹਾ ਹੈ ਫਿਰ ਕੀ ਮਤਲਬ ਨਿਗਮ 'ਚ ਵੀ ਤੁਸੀਂ ਸੀ ਸਰਕਾਰ ਵਿੱਚ ਵੀ ਤੁਸੀਂ 10 ਸਾਲ ਇਹੀ ਕੁਝ ਚੱਲਦਾ ਰਿਹਾ ਜਿਸ ਦੇ ਨਤੀਜੇ ਹੁਣ ਆ ਰਹੇ ਨੇ ਮਤਲਬ ਕਾਫੀ ਸਮੇਂ ਤੋਂ ਬਿਲਡਿੰਗਸ ਗਿਰ ਰਹੀਆਂ ਨੇ ਫਾਇਰ ਵਿਭਾਗ ਕੋਲ ਪ੍ਰੋਪਰ ਇਕਵਿਪਮੈਂਟਸ ਨਹੀਂ ਹੈਗੇ ਉਹ ਮਤਲਬ ਬਿਨਾਂ ਟ੍ਰੇਨਿੰਗ ਤੋਂ ਇੱਦਾਂ ਹੀ ਜਾ ਰਹੇ ਨੇ ਇਹ ਸਭ ਕੁਝ ਹੋ ਰਿਹਾ ਹੈ ਸ਼ਰਮਾ ਜੀ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇਹਦੇ 'ਚ ਦੇਖੋ ਮੈਨੂੰ ਮੈਂ ਇਹ ਨਹੀਂ ਕਹਿ ਰਿਹਾ ਵੀ 10 ਸਾਲ ਸਾਡੀ ਪਾਰਟੀ ਰਹੀ ਆ ਅੱਜ ਕਾਂਗਰਸ ਦੀ ਗੱਲ ਹੈ ਇਹ ਸਮੱਸਿਆ ਇੱਕ ਸੋਸ਼ੀਓ ਪੋਲੀਟੀਕਲ ਸਮੱਸਿਆ ਹੈ ਜੋ ਸਿਸਟਮ ਬਣ ਚੁੱਕਿਆ ਹੈ ਵੋਟਾਂ ਵਾਲਾ ਇਨਫਲੂਐਂਸ਼ੀਅਲ ਜੋ ਲੋਕ ਨੇ ਉਹ ਪੋਲੀਟੀਕਲੀ ਅਪਰੋਚ ਕਰਦੇ ਨੇ ਬੇਸ਼ੱਕ ਕੋਈ ਪਾਰਟੀ ਦੇਵੇ ਇਹ ਮੈਨੂੰ ਆਪਣੀ ਗੱਲ ਵੀ ਮੰਨ ਰਹੇ ਹੋ ਨਾ ਬਾਕੀ ਆ ਤੁਸੀਂ ਮੰਨਵਾ ਲੈਂਦੇ ਹੋ ਪੋਲੀਟੀਸ਼ੀਅਨ ਨੂੰ ਚਾਹੇ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਹੁਣ ਦੇਖੋ ਆਮ ਆਦਮੀ ਪਾਰਟੀ ਵਾਲੇ ਬੋਲ ਰਹੇ ਸੀ ਹੁਣੇ ਕਿ ਦਿੱਲੀ 'ਚ ਹੁਣੇ ਅੱਗ ਵਾਲਾ ਹਾਦਸਾ ਨਹੀਂ ਹੋਇਆ ਤੇ ਇਹਨਾਂ ਦੀ ਜਿਹੜੀ MLC ਹਲਕਾ ਲਾਂਬਾ ਉਹ ਫਾਇਰ ਬ੍ਰਿਗੇਡ ਤੇ ਉੱਥੇ ਜਾ ਕੇ ਫੋਟੋਆਂ ਖਿੱਚ ਰਹੀ ਸੀ ਉਹ ਮੂਵੀ ਬਣਾ ਰਹੀ ਸੀ ਸਵਾਲ ਹੈ ਇਹ ਸਾਰੀ ਚੀਜ਼ਾਂ ਨੂੰ ਅਸੀਂ ਸੀਰੀਅਸ ਨਹੀਂ ਲੈ ਰਹੇ ਸਾਰੀ ਪਾਰਟੀਆਂ ਨੂੰ ਸਾਰੀ ਚੀਜ਼ਾਂ ਇੱਕ ਪਾਸੇ ਰੱਖਦੇ ਹੋਏ ਮੈਂ ਅੱਗੇ ਕਹਿ ਚੁੱਕਿਆ ਜਿੱਥੇ ਜਾਨ ਤੇ ਮਾਲ ਦਾ ਮਸਲਾ ਹੈ ਜਨਤਾ ਦੇ ਉੱਥੇ ਕੋਈ ਰਾਜਨੀਤਿਕ ਦੂਸ਼ਣਬਾਜ਼ੀ ਕੋਈ ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ ਇੱਕੋ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਜਨਤਾ ਦਾ ਹਿੱਤ ਕਿਵੇਂ ਬਚਾਇਆ ਜਾਵੇ ਹੁਣ ਕਹਿਣ ਨੂੰ ਗੱਲ ਪੋਲੀਟੀਕਲ ਫੇਰ ਆ ਜਾਏਗੀ ਅੱਜ ਦੇ ਅਖਬਾਰਾਂ 'ਚ ਜਿੱਥੇ ਇੱਕ ਪਾਸੇ ਲੁਧਿਆਣਾ ਅਗਨੀ ਕਾਂਡ ਦੀ ਖਬਰ ਲੱਗੀ ਹੈ ਹਾਦਸੇ ਦੀ ਖਬਰ ਲੱਗੀ ਹੈ ਦੂਜੇ ਪਾਸੇ ਬੜੇ ਟਾਈਮ ਤੋਂ ਖਬਰ ਲੱਗ ਰਹੀ ਹੈ ਕਿ ਲੋਕਲ ਬੋਡੀ ਮਿਨਿਸਟਰ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਨਾਰਾਜ਼ ਚੱਲ ਰਹੇ ਨੇ ਕਦੇ ਉਹਨਾਂ ਨੂੰ ਮਨਾਉਣ ਕੋਈ ਜਾ ਰਿਹਾ ਕਦੇ ਹੋਈ ਜਾ ਰਿਹਾ ਡਿਪਾਰਟਮੈਂਟ ਦੀ ਪੋਜੀਸ਼ਨ ਤਾਂ ਇਹ ਹੈ ਵੀ ਉਹਦੇ ਮਿਨਿਸਟਰ ਨਾਰਾਜ਼ ਨੇ ਖਬਰਾਂ ਛਪ ਰਹੀਆਂ ਅਫਸਰਾਂ ਦੀ ਮਿਨਿਸਟਰ ਨਾਲ ਸੈਟਿੰਗ ਨਹੀਂ ਹੋ ਰਹੀ ਅਫਸਰ ਨਾਰਾਜ਼ ਨੇ ਇਹੋ ਜੀ ਜੋ ਇਹ ਚੀਜ਼ਾਂ ਵੀ ਲਈ ਤੇ ਲਿਆਉਣ ਦੀ ਲੋੜ ਹੈ
ਸੀਐਮ ਨੂੰ ਇੰਟਰਵਿਊ ਕਰਨਾ ਚਾਹੀਦਾ ਹੈ, ਜਨਤਾ ਨਾਲ ਜੁੜੇ ਇਹ ਮਾਮਲੇ ਨੇ, ਜਨਤਾ ਨਾਲ ਜੁੜੇ ਡਿਪਾਰਟਮੈਂਟ ਨੇ, ਪੋਲੀਟੀਕਲ ਚੀਜ਼ਾਂ ਨੂੰ ਇੱਕ ਪਾਸੇ ਰੱਖਦੇ ਹੋਏ ਸਰ ਪੋਲੀਟੀਕਲ ਚੀਜ਼ਾਂ ਨੂੰ ਕਿਵੇਂ ਇੱਕ ਪਾਸੇ ਰੱਖਦੀ ਹੈ? ਮਤਲਬ ਤੁਸੀਂ ਖੁਦ ਹੀ ਤਾਂ ਕਹਿ ਰਹੇ ਹੋ ਕਿ ਪੂਰਾ ਸਿਸਟਮ ਇਸ ਤਰੀਕੇ ਨਾਲ ਹੋਇਆ, ਫਿਰ ਨਿਗਮ ਵਿੱਚ ਵੀ ਤੁਸੀਂ, ਸਰਕਾਰ ਵਿੱਚ ਵੀ ਤੁਸੀਂ, ਮੰਨ ਲਓ ਨਾ ਕਿ ਤੁਹਾਡੇ ਟਾਈਮ 'ਚ ਸਭ ਕੁਝ ਹੋਇਆ, ਇਹ ਸਾਰੀ ਸ਼ਹਿਰ ਜਿਹੜੇ 2-5 ਮੰਜ਼ਿਲਾਂ ਹੋ ਗਈਆਂ, ਸਾਰੇ ਨਿਯਮਾਂ ਦੀ ਅਣਦੇਖੀ ਹੋਈ। ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਸ਼ਰਮਿਤ ਜੀ, ਮੈਂ ਤਾਂ ਪਹਿਲਾਂ ਕਹਿ ਚੁੱਕਿਆ ਜੇ ਕੋਈ ਕਮੀਆਂ ਰਹਿ ਗਈਆਂ, ਮੈਂ ਕਹਿੰਦਾ ਕਿਹੜੀ ਕਿਤਾਬ 'ਚ ਲਿਖਿਆ ਹੈ, ਕਿਹੜੇ ਰਾਜਨੀਤਿਕ ਸ਼ਾਸਤਰ ਦੇ ਗ੍ਰੰਥ 'ਚ ਲਿਖਿਆ ਹੈ ਕਿ ਜੇ ਕੋਈ ਕਮੀਆਂ ਰਹਿ ਗਈਆਂ ਦੂਰ ਨਾ ਕਰਨ? ਤੁਹਾਨੂੰ ਇੱਕ ਮਿੰਟ, ਇੱਕ ਮਿੰਟ ਜੀ, ਤੁਹਾਨੂੰ ਮੈਂ ਬੜੀ ਇੰਪੋਰਟੈਂਟ ਗੱਲ ਦੱਸਣ ਜਾ ਰਿਹਾ। ਜਿਹੜੀ ਇਹ ਬਿਲਡਿੰਗ ਢਹੀ ਹੈ, ਇਹ ਹਾਦਸਾ ਹੋਇਆ, ਇੱਥੇ ਦੀ ਲੋਕੈਲਿਟੀ ਪਿਛਲੇ 6 ਮਹੀਨੇ ਤੋਂ ਲਗਾਤਾਰ ਡਿਮਾਂਡ ਕਰ ਰਹੀ ਹੈ ਅਫਸਰਾਂ ਤੋਂ ਵੀ ਇੱਥੇ ਗਲਤ ਹੋ ਰਿਹਾ, ਇਹਨੂੰ ਰੋਕਿਆ ਜਾਵੇ। ਇਹ ਅੱਜ ਦੇ ਪੇਪਰਾਂ ਦੀ ਖਬਰ ਛਪੀ ਹੈ, ਪਿਛਲੇ ਤੋਂ ਡਿਮਾਂਡ ਕਰ ਰਹੇ ਹੋ। ਚਲੋ ਇੱਕ ਸਾਲ ਤੋਂ ਵੀ ਕਰ ਰਹੇ ਹੋ, ਡਿਮਾਂਡ ਕਰ ਰਹੇ ਹੋ, ਜੇ ਅਸੀਂ ਕਰ ਰਹੇ, ਜੇ ਅਸੀਂ ਨਹੀਂ ਸੁਣਿਆ ਤੇ ਇਹਨਾਂ ਸੁਣ ਲੈਣਾ ਚਾਹੀਦਾ ਸੀ, ਇਹਨਾਂ ਨੂੰ ਤੁਹਾਡੇ ਕੋਲੇ 10 ਸਾਲ ਨੂੰ ਸੁਣ ਲੈਣਾ ਚਾਹੀਦਾ ਸੀ। ਗੱਲ ਇਹ ਹੈ, ਇੱਕ ਚੀਜ਼ ਤੁਸੀਂ ਮੁੱਦੇ ਨੂੰ ਪੋਲੀਟੀਕਲੀ ਨਾ ਬਣਾਓ। ਸ਼ਰਮਜੀ ਮੈਂ ਤੇ ਇੱਕ ਗੱਲ, ਸ਼ਰਮਜੀ ਮੇਰੀ ਇੱਕ ਮਿੰਟ ਗੱਲ ਕਾ ਸੁਣ ਲਓ। ਦੇਖੋ ਲੁਧਿਆਣਾ ਸ਼ਹਿਰ, ਅਸੀਂ ਪੂਰੀ ਡੁਗਾਈ 'ਚ ਜਾਈਏ, ਮੇਰੀ ਇੱਕ ਮਿੰਟ ਗੱਲ ਪੂਰੀ ਹੋ ਲੈਣ ਦਿਓ। ਲੁਧਿਆਣਾ ਸ਼ਹਿਰ ਜਿਹਨੂੰ ਅਸੀਂ ਪੰਜਾਬ ਦਾ ਮਾਨਚੈਸਟਰ ਕਹਿੰਦੇ ਹਾਂ, ਇੰਡਸਟਰੀ ਦਾ ਹੱਬ ਮੰਨਿਆ ਜਾਂਦਾ, ਜਿਹੜੀਆਂ ਇਹ ਬਿਲਡਿੰਗਾਂ ਜਿੰਨੀਆਂ ਬਣੀਆਂ 1975-76 ਤੋਂ ਲੈ ਕੇ ਪੁਰਾਣੇ ਇੰਡਸਟਰੀ ਦੇ ਵਿੱਚ ਜਿੱਥੇ ਇੰਡਸਟਰੀ ਜ਼ੋਨ ਸੀਗੇ, ਅੱਜ ਉੱਥੇ ਰੈਜੀਡੈਂਸ਼ੀਅਲ ਏਰੀਆ ਵੀ ਵਿੱਚ ਹੀ ਬਣ ਗਏ। ਰੈਜੀਡੈਂਸ਼ੀਅਲ ਏਰੀਆ ਇੰਡਸਟਰੀ ਵਿੱਚ ਜਿੰਨਾ ਚਿਰ ਤੱਕ ਹੁਣ ਇਹ ਗੱਲ ਦਾ ਆਪਾਂ ਇਕੱਠੇ ਹੋ ਕੇ ਨਹੀਂ ਕਰਾਂਗੇ, ਇੰਡਸਟਰੀ ਨੂੰ ਰੈਜੀਡੈਂਸ਼ੀਅਲ ਏਰੀਆ ਤੋਂ ਬਾਹਰ ਨਹੀਂ ਖੜਾਂਗੇ, ਫੋਕਲ ਪੁਆਇੰਟਾਂ ਦੇ ਇਕੱਠੇ, ਕਿਉਂਕਿ ਇਹੋ ਜਿਹੀ 1000 ਬਿਲਡਿੰਗਾਂ ਉੱਥੇ ਬਣੀਆਂ ਪਿਛਲੇ 10 ਸਾਲ ਦੀ ਗੱਲ ਸੁਣ ਲਓ, ਮੇਰੇ ਵੀਰ ਨੇ ਗੱਲ ਕੀਤੀ ਆ, ਅਸੀਂ 10 ਸਾਲ ਦੇ ਵਿੱਚ ਕਿਸੇ ਨਵੀਂ ਇੰਡਸਟਰੀ ਨੂੰ ਰੈਜੀਡੈਂਸ਼ੀਅਲ ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਹੋਵੇਗੀ ਬਣਨ ਵਾਸਤੇ, ਪਹਿਲਾਂ ਦੀਆਂ ਬਣੀਆਂ ਫੈਕਟਰੀਆਂ ਨੇ ਨੰਬਰ 2 ਤੇ। ਅੱਜ ਤੁਸੀਂ, ਮੈਂ ਫਾਰ ਐਗਜ਼ਾਮਪਲ ਇੱਕ ਆ ਮੋਹਾਲੀ ਨਿਊ ਚੰਡੀਗੜ੍ਹ ਬਣਿਆ, ਉੱਥੇ ਵੇਖੋ ਇੰਡਸਟਰੀ ਹੱਬ ਵੱਖਰੀ ਬਣੀ, ਮੈਡੀਸਿਟੀ ਵੱਖਰੀ ਬਣੀ, ਰੈਜੀਡੈਂਸ਼ੀਅਲ ਜ਼ੋਨ ਵੱਖਰਾ ਬਣਾ, ਜਿੰਨਾ ਨਿਊ ਚੰਡੀਗੜ੍ਹ 'ਚ ਵੀ ਇੱਕ ਸੜਕ ਵੀ ਸਪੈਸ਼ਲ ਬਣੀ ਹੈ, ਉਹਨਾਂ ਚਿਰ ਤਾਂ ਅੱਗੇ ਗੱਲ ਹੀ ਚੱਲੇਗੀ। ਸ਼ਰਮਜ ਜੀ, ਸ਼ਰਮਜੀ ਮੇਰੀ ਇੱਕ ਗੱਲ ਸੁਣ ਲਓ, ਪੂਰੀ ਹੋ ਲੈਣ ਦਿਓ। ਮੈਂ ਹੁਣ ਤੁਹਾਡੀ ਇਸੇ ਸਰਕਾਰ ਦੀ ਗੱਲ ਕਰਦਾ, ਅਸੀਂ ਕਹਿੰਦੇ ਹਾਂ ਵੀ ਤੁਸੀਂ ਸਜ਼ਾ ਨਹੀਂ ਸਾਨੂੰ, ਕਹਿੰਦੇ ਤੁਸੀਂ ਸਜ਼ਾ ਨਹੀਂ ਦਿੱਤੀ, ਆਹ ਹੁਣੇ ਹੀ ਆ ਸੂਲਰ ਘਾਟ ਪਿੰਡ 7 ਮੌਤਾਂ ਹੋਈਆਂ ਸਤੰਬਰ ਮਹੀਨੇ ਦੇ ਵਿੱਚ, ਉੱਥੇ ਵੀ ਸੀਐਮ ਸਾਹਿਬ ਨੇ ਇਨਕੁਆਇਰੀ ਰਖਵਾਤੀ, ਉੱਥੇ ਵੀ ਪੈਸੇ ਅਨਾਊਂਸ ਕਰਤੇ, ਇਹ ਦੱਸਣ ਉਹ ਅੱਜ ਦੀ ਡੇਟ 'ਚ ਸਰ ਜੀ 10 ਸਾਲ 'ਚ ਨਿਗਮ 'ਚ ਤੁਸੀਂ ਸੀ, ਤੁਸੀਂ ਜਵਾਬ ਦੇ ਦਿਓ ਨਾ ਕਿ ਇਹ ਨਿਗਮ ਚੈਕਿੰਗ ਕੌਣ ਕਰੇਗਾ, ਬਿਲਡਿੰਗ ਨੂੰ ਦੇਖੇਗਾ ਕੌਣ, ਗਲੀਆਂ ਵਿੱਚ ਇੰਨੀਆਂ ਬਿਲਡਿੰਗਸ ਬਣ ਗਈਆਂ, ਫੈਕਟਰੀਆਂ ਕਿਵੇਂ ਚੱਲ ਗਈਆਂ, ਫੈਕਟਰੀ ਚਲਾਉਣ ਦੀ ਇਜਾਜ਼ਤ ਕਿਉਂ ਹੈ ਉੱਥੇ, ਕਿਸ ਦੀ ਸ਼ਾਇਦ ਇਹ ਸਭ ਕੁਝ ਹੋਇਆ? 10 ਸਾਲ ਤੱਕ ਤਾਂ ਤੁਸੀਂ ਸੀ। ਸ਼ਰਮਾ ਜੀ ਕਹਿ ਰਿਹਾ, ਹਾਂਜੀ ਮੈਂ ਇਸ ਗੱਲ ਤੋਂ ਕਹਿ ਰਿਹਾ, ਮੈਂ ਤਾਂ ਇਹ ਸ਼ਰਮਾ ਜੀ ਮੈਂ ਤਾਂ ਗੱਲ ਪਹਿਲਾਂ ਹੀ ਕਹੀ ਆ, ਇਹ ਕਹਿ ਰਿਹਾ, ਮੈਂ ਕਹਿੰਦਾ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਜੇਕਰ ਉੱਥੇ ਜਿੰਨਾ ਜਿੰਨਾ ਦੀ ਗਲਤੀ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਭਾਵੇਂ ਤੁਸੀਂ ਮੰਨ ਰਹੇ ਹੋ ਨਾ ਗਲਤੀ, ਪਰ ਅਸੀਂ ਕਾਂਗਰਸ ਤੋਂ ਪੁੱਛਦੇ ਹਾਂ ਕਿ ਗਲਤੀ ਦਾ ਸੁਧਾਰ ਕਿਉਂ ਨਹੀਂ ਕੀਤਾ, ਤੁਸੀਂ ਮੰਨ ਰਹੇ ਹੋ ਨਾ ਗਲਤੀ? ਇਨਕੁਆਇਰੀ ਬਿਠਾ ਦਿੱਤੀ ਗਈ ਆ, ਤੇ ਇੱਕ ਮਿੰਟ ਜੇ ਕਹਿੰਦੇ ਇਨਕੁਆਇਰੀ ਬਿਠਾਤੀ ਆ, ਆ ਸੂਲਰ ਘਾਟ ਦੀ ਇਨਕੁਆਇਰੀ 'ਚ ਕੀ ਕੀਤਾ ਦੱਸੋ ਮੈਨੂੰ, ਆਸ ਆ ਆ ਤੁਸੀਂ ਇਨਕੁਆਇਰੀ ਉਦੋਂ ਵੀ ਬਿਠਾਈ ਆ, ਉਹਦੇ 'ਚ ਕੀ ਕੀਤਾ ਅੱਜ ਤੱਕ, ਉਹਦਾ ਜਵਾਬ ਮੈਨੂੰ ਦੇ ਦੇਣ। ਬੂਟਾ ਸਿੰਘ ਬੈਰਾਗੀ ਜੀ, ਇਨਕੁਆਇਰੀਆਂ ਨੂੰ ਲੈ ਕੇ ਇੱਥੇ ਸਵਾਲ ਕਿਉਂ ਉੱਠ ਰਹੇ ਨੇ? ਸ਼ਰਮਾ ਜੀ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦਿਓ, ਮੈਂ ਬੈਰਾਗੀ ਸਾਹਿਬ ਨੂੰ ਬੋਲਣ ਦੇ। ਬੋਲੋ ਜੀ, ਬੋਲੋ। ਦੇਖੋ ਸ਼ਰਮਤ ਜੀ, ਗੱਲ ਇਹ ਹੋ ਰਹੀ ਆ ਵੀ ਉਲਟੇ ਚੋਰ ਕੋਤਵਾਲ ਨੂੰ ਡਾਂਟਣ, ਸਾਰਾ ਪੰਜਾਬ ਲੁੱਟ ਕੇ ਖਾ ਗਏ ਆ, ਸਾਰੀਆਂ ਕਾਰਪੋਰੇਸ਼ਨਾਂ ਕਰਪਸ਼ਨ ਦਾ ਅੱਡਾ, ਜੇ ਕੋਈ ਇਮਾਨਦਾਰ ਮੁਲਾਜ਼ਮ ਕਾਰਪੋਰੇਸ਼ਨ ਦਾ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਅੱਜ ਰੋਡ ਮੈਪ ਦੀ ਗੱਲ ਹੋ ਰਹੀ ਆ, ਸਾਡੇ ਕੋਲ ਕਾਨੂੰਨ ਪਹਿਲਾਂ ਜਿਹੜੇ ਆਲਰੇਡੀ ਹੈਗੇ ਆ ਵੀ ਇੰਸਪੈਕਸ਼ਨ ਕਰਨੀ ਆ, ਫਲਾਨੇ ਫਲਾਨੇ ਆਫਿਸਰ ਨੇ ਜਾ ਕੇ, ਤੇ ਸੀਐਮ ਸਾਹਿਬ ਉੱਥੇ ਗਏ ਆ, ਕੰਪਨਸੇਸ਼ਨ ਅਵਾਰਡ ਕਰਕੇ ਆਏ ਆ, ਚੰਗੀ ਗੱਲ ਆ। ਪਰ ਮੈਂ ਸਮਝਦਾ ਇੱਕ ਨਵੇਂ ਦੌਰ ਦੀ ਪੋਲਿਟਿਕਸ ਲਿਆਉਣੀ ਚਾਹੀਦੀ ਸੀ, ਜਦੋਂ ਉੱਥੇ ਗਏ ਆ ਤੁਰੰਤ ਉਹਨਾਂ ਨੂੰ ਫਰਮਾਨ ਕਰ ਦੇਣਾ ਚਾਹੀਦਾ ਸੀ ਵੀ ਜਿੰਨੀਆਂ ਵੀ ਇੰਡਸਟਰੀਜ਼ ਹੈਗੀਆਂ ਸਿਟੀ ਦੇ ਵਿੱਚ, ਹਾਂਜੀ, ਸਾਰਿਆਂ ਦੀ ਚੈਕਿੰਗ ਹੋਊਗੀ, ਜਿਹੜੀਆਂ ਇਲੀਗਲ ਪਾਈਆਂ ਗਈਆਂ ਉਹਨਾਂ ਤੇ ਐਕਸ਼ਨ ਹੋਊਗਾ। ਪਰ ਕਿਉਂ ਨਹੀਂ ਹੋਇਆ? ਕਿਉਂਕਿ ਵੋਟਾਂ ਆਉਣ ਵਾਲੀਆਂ ਹਨ ਬੈਰਾਗੀ ਸਾਹਿਬ, ਇਹ ਕਿਉਂ ਨਹੀਂ ਹੋਇਆ? ਕਿਉਂਕਿ ਵੋਟਾਂ ਆਉਣ ਵਾਲੀਆਂ ਹਨ। ਬਿਲਕੁਲ ਸਰਮਤ ਜੀ, ਮੈਂ ਤਾਂ ਚੀਜ਼ ਕਹਿੰਦਾ ਇਹ ਤਾਂ ਨਹੀਂ ਕਰ ਰਹੇ ਕਿਉਂਕਿ ਵੋਟਾਂ ਦੀ ਗੱਲ ਆ, ਉੱਥੇ ਇਹਨਾਂ ਨੂੰ ਲਾਈਫਸ ਦੇ ਨਾਲ ਨਹੀਂ, ਇਹਨਾਂ ਨੂੰ ਵੋਟਾਂ ਦੇ ਨਾਲ ਆ ਵੀ ਅਸੀਂ ਕਿਵੇਂ ਪਾਵਰ 'ਚ ਰਹਿਣਾ। ਬਾਕੀ ਮੈਨੂੰ ਬੀਜੇਪੀ ਵਾਲੇ ਪ੍ਰਵਕਤਾ ਬੜੇ ਸਿਆਣੇ ਲੱਗਦੇ ਸੀ, ਅਲਕਾ ਲਾਂਬਾ ਦੀ ਫੋਟੋ ਦਾ ਇਹਨਾਂ ਨੂੰ ਯਾਦ ਹੋ ਗਈ ਆ, ਇਹ ਗਲਤੀਆਂ ਵੀ ਸਾਰੀਆਂ ਮੰਨੀ ਜਾਂਦੇ ਆ, ਕੀ ਇਹ ਵੱਡਾ ਦਿਲ ਦਿਖਾਉਣਗੇ? ਅਨਿਲ ਜੋਸ਼ੀ ਸੀ ਉਦੋਂ ਲੋਕਲ ਬੋਡੀ ਮਿਨਿਸਟਰ, ਜੇ ਮੈਂ ਗਲਤ ਨਹੀਂ, ਵੀ ਉਹਦੀ ਕੌਨਸਟੀਟਿਊਸ਼ਨਲ ਰਿਸਪੋਂਸੀਬਿਲਟੀ ਬਣਦੀ ਆ ਵੀ ਉਸ ਤੇ ਵੀ FIR ਦਰਜ ਹੋਵੇ। ਅਕਾਲੀ ਬੀਜੇਪੀ ਇਹ ਕਰਵਾਉਣਗੇ?
ਸ਼ਰਮਿੰਦ ਜੀ ਗੱਲ ਇਹ ਹੈ, ਮੈਂ ਅਸ ਤਾਂ ਪਹਿਲਾਂ ਹੀ ਕਹਿ ਚੁੱਕਿਆ ਵੀ ਸਿਸਟਮ ਠੀਕ ਹੋਣਾ ਚਾਹੀਦਾ ਹੈ। ਮੇਰੇ ਸੀਨੇ ਸਿਸਟਮ ਖਰਾਬ ਕੀ ਨਹੀਂ ਕੀਤਾ, ਸਿਸਟਮ ਖਰਾਬ ਕੀ ਨਹੀਂ ਕੀਤਾ, ਫਿਰ ਵੀ ਦੱਸ ਦਿਓ ਚਾਹੀਦਾ ਕੋਈ ਮਰਜ਼ੀ ਸਿਸਟਮ ਤੁਸੀਂ ਖਰਾਬ ਕੀਤਾ ਮਹਾਰਾਜ, ਤੁਸੀਂ ਕੋਈ ਲੁੱਟ ਕੇ ਸਾਰਾ ਖਰਾਬ ਕਰਨਾ ਸਿਸਟਮ। ਮੈਂ ਅੱਗੇ ਕਹਿ ਰਿਹਾ ਨਹੀਂ, ਜੇ ਦਿੱਲੀ ਚ ਇਹਦੇ ਹਾਦਸੇ ਹੋ ਰਹੇ, ਅੱਜ ਦਿੱਲੀ ਦੱਸੋ ਕਿਹੜਾ ਪੰਜਾਬ ਦਾ ਹੈ, ਮੈਂ ਤੁਹਾਨੂੰ ਇੰਟਰਪਟ ਨਹੀਂ ਕਰਦਾ, ਪੰਜਾਬ ਤੇ ਗੱਲ ਹੋ ਰਹੀ ਹੈ, ਮੁੱਦਾ ਪੰਜਾਬ ਦਾ ਹੈ। ਹਾਂ ਪੰਜਾਬ, ਤੁਸੀਂ ਦੱਸੋ ਉਹਨੇ ਫੋਟੋ ਖਿੱਚ ਲਈ, ਤੁਹਾਨੂੰ ਉਹ ਫੋਟੋ ਦਿਸੀ ਜਾਂਦੀ ਆ, ਹਜ਼ਾਰਾਂ ਮੌਤਾਂ ਦੇ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਜ਼ਿੰਮੇਵਾਰੀ ਲਓ ਹਜ਼ਾਰਾਂ ਮੌਤਾਂ ਦੀ, ਤੁਹਾਡੀ ਨਲਾਇਕੀ ਕਰਕੇ, ਲੀਡਰਸ਼ਿਪ ਫੇਲਿਅਰ ਕਰਕੇ, ਗਵਰਨੈਂਸ ਫੇਲਿਅਰ ਕਰਕੇ, ਰਾਜਸੀਆ ਕੈਜ਼ੂਅਲ ਇਹਨਾਂ ਕੋ ਆਪਣੇ ਟਾਈਮ 'ਚ ਬੋਲਣ, ਮੈਨੂੰ ਨਾ ਇਹ ਨਾ ਟਾਈਮ 'ਚ ਨਹੀਂ ਬੋਲੇ, ਇਹ ਆਪਣੇ ਟਾਈਮ। ਠੀਕ ਹੈ ਬੈਰਾਗੀ ਸਾਹਿਬ, ਇੱਕ ਮਿੰਟ, ਇਹਨਾਂ ਤੋਂ ਵੱਧ ਜਿਨਾ ਪਾਉਂਦੇ ਆ ਅਕਾਲੀ ਬੀਜੇਪੀ ਜ਼ਿੰਮੇਵਾਰੀ ਲੈ ਰਹੇ ਨੇ, ਗੱਲ ਇਹ ਹੈ ਅਕਾਲੀ ਬੀਜੇਪੀ ਜ਼ਿੰਮੇਵਾਰੀ ਲੈ ਰਹੇ ਨੇ, ਕਿਹੜਾ ਪਾਉਂਦੇ ਆ ਨਾ ਨਾ ਕਾਨੂੰਨ ਕੀਤਾ ਇਹਨਾਂ ਨੇ, ਕਿਹੜਾ ਕਾਨੂੰਨ ਪਾਉਂਦੇ ਆ, ਕੋਰਟ ਨੇ ਇਹਨਾਂ ਨੂੰ ਸੱਦਿਆ, ਕਾਨੂੰਨ ਦੀ ਗੱਲ ਕਰਦੇ ਆ, ਖਹਿਰਾ ਸਾਹਿਬ ਰਜਾਇਣ ਕਿਉਂ ਨਹੀਂ ਕਰਦੇ, ਫਿਰ ਕਾਨੂੰਨ ਦੀ ਗੱਲ ਨਾ ਸਾਨੂੰ ਕੰਮ ਹੈ, ਕਾਨੂੰਨ ਤੋਂ ਰਿਹਾ ਇੱਕੋ ਕੰਮ ਹੈ ਇਹਨਾਂ ਨੂੰ ਕਹਿ ਦੋ ਸ਼ੋਰ ਮਚਾਣਾ, ਕੋਈਆਂ ਜਿਹੜੀਆਂ ਇਹਨਾਂ ਨੇ ਦਿੱਲੀ 'ਚ ਏਡੀ ਬੜੀ ਅਚੀਵਮੈਂਟਾਂ ਕਰ ਲਈਆਂ, ਜਿਹੜੀ ਇਹਨਾਂ ਦਾ ਇੱਕੋ ਇੱਕ ਮਾਡਲ ਸੀਗਾ ਦਿੱਲੀ, ਦਿੱਲੀ ਨੂੰ ਤਹਿਸ ਨਹਿਸ ਕਰਕੇ ਰੱਖ ਲਿਆ ਪਹਿਲਾਂ ਹੀ ਪਤਾ ਹੈ, ਇਹਨਾਂ ਨੂੰ ਕੋਈ ਐਜੂਕੇਸ਼ਨ ਦਾ ਹਾਲ ਨਹੀਂ, ਦਿੱਲੀ ਨੂੰ ਛੱਡ ਦਿਓ ਵੀਰ ਜੀ, ਐਕਸੀਡੈਂਟ ਦੀ ਗੱਲ ਕਰਦੇ ਆ, ਅੱਜ ਬਿਲਡਰਾਂ ਦੀ ਗੱਲ ਕਰਦੇ ਆ, ਦੋ ਚਿੰਤਾ ਕਰੋ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋ ਗਈਆਂ, ਇੱਕ ਮਿੰਟ ਇੱਕ ਮਿੰਟ, ਸਾਫ ਆ ਬੇਈਮਾਨੀ ਨਹੀਂ, ਇੱਕ ਮਿੰਟ ਸ਼ਾਂਤੀ ਜ਼ਰਾ, ਬਲਜੀਤ ਜੀ ਅਕਾਲੀ ਬੀਜੇਪੀ ਕਹਿ ਰਹੇ ਨੇ ਕਿ ਜੋ ਵੀ ਸਿਸਟਮ ਚੱਲੇ ਆ ਰਿਹਾ ਉਹ ਜ਼ਿੰਮੇਵਾਰੀ ਇੱਕ ਤਰ੍ਹਾਂ ਦੀ ਆਪਣੇ ਆਪਣੀ ਮੰਨ ਰਹੇ ਨੇ, ਪਰ ਤੁਸੀਂ 7 ਮਹੀਨਿਆਂ ਵਿੱਚ ਕਿਹੜਾ ਮਤਲਬ ਇੱਥੇ ਐਕਸ਼ਨ ਕਿਉਂ ਨਹੀਂ ਲੈ ਰਿਹਾ ਬੈਰਾਗੀ ਸਾਹਿਬ, ਜਿਹੜਾ ਸਵਾਲ ਚੁੱਕ ਰਹੇ ਨੇ ਪਹਿਲਾਂ ਤਾਂ ਮੇਰੇ ਸਾਥ, ਪਹਿਲਾਂ ਤਾਂ ਜੀ ਮੇਰਾ ਆਮ ਆਦਮੀ ਵਾਲੇ ਸੱਜਣ ਨੂੰ ਇੱਕ ਸਵਾਲ ਹੈ ਕਿ ਲੋਕਾਂ ਨੇ ਇਹਨਾਂ ਨੂੰ ਓਪੋਜੀਸ਼ਨ ਦੇ ਵਿੱਚ ਲਿਆਂਦਾ ਮੁੱਦਿਆਂ ਕਰਕੇ, ਇਹਨਾਂ ਦੇ ਮੁੱਦੇ ਸੀਗੇ ਸਭ ਤੋਂ ਵੱਡਾ ਡਰੱਗ ਫਰੀ ਪੰਜਾਬ ਦਾ, ਜਿਹਦੇ ਵਿੱਚ ਸਵਾਲਾਂ ਦੇ ਹੱਥ ਦੀ ਗੱਲ ਹੋ ਰਹੀ ਹੈ, ਇੱਕ ਮਿੰਟ ਬਲਜੀਤ ਜੀ, ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ 7 ਮਹੀਨੇ ਵਿੱਚ, ਤੁਸੀਂ ਮੈਂ ਪਹਿਲਾਂ ਪ੍ਰਾਈਵੇਟ ਜਿਹੜੀਆਂ ਇੱਥੇ ਫੈਕਟਰੀਆਂ ਗਲੀਆਂ ਵਿੱਚ ਚੱਲ ਰਹੀਆਂ ਸੀ ਉਹਨਾਂ ਤੇ ਕੀ ਐਕਸ਼ਨ ਲੈ ਲਿਆ ਤੁਸੀਂ, ਕੀ ਐਕਸ਼ਨ ਲੈ ਲਿਆ ਬਲਜੀਤ ਜੀ, ਕੀ ਐਕਸ਼ਨ ਲੈ ਲਿਆ ਜਿਹੜੀ ਗਲੀਆਂ 'ਚ ਫੈਕਟਰੀਆਂ ਚੱਲ ਰਹੀਆਂ ਨੇ, ਇੰਨੀਆਂ ਨੇ ਕੈਮੀਕਲ ਇਹਨਾਂ ਫੈਕਟਰੀਆਂ ਵਿੱਚ ਮੌਜੂਦ ਨੇ, ਕੀ ਐਕਸ਼ਨ ਹੋ ਗਿਆ, ਜੋ ਜੀ ਹਾਦਸਾ, ਫਿਰ ਉਹੀ ਗੱਲ ਹੈ, ਇਸ ਹਾਦਸੇ ਤੇ ਰਾਜਨੀਤੀ ਨਾ ਕੀਤੀ ਜਾਵੇ ਤਾਂ ਚੰਗੀ ਗੱਲ ਹੈ, ਸਾਡੀ ਸਰਕਾਰ ਨੇ ਕੱਲ ਕੈਪਟਨ ਸਾਹਿਬ ਉੱਥੇ ਸਰ ਕੰਪਨਸੇਸ਼ਨ ਨਾਲ ਨਹੀਂ, ਅਗਲਾ ਰੋਡ ਮੈਪ ਕੀ ਹੈ, ਉਹ ਇਸ ਚੀਜ਼ ਦੇ ਵਿੱਚ ਦੋਸ਼ੀ ਪਾਏ, ਅਗਲਾ ਰੋਡ ਮੈਪ ਇਹ ਹੈ ਜੀ, ਇਹਦੇ ਵਿੱਚ ਸਾਡਾ ਫਾਇਰ ਸੇਫਟੀ ਐਕਟ ਬਣਾਇਆ ਗਿਆ ਜਿਹਦੇ ਵਿੱਚ ਕਿ ਜਿੱਥੇ ਨਜਾਇਜ਼ ਪਾਈਆਂ ਜਾਣਗੀਆਂ ਕਿਤੇ ਵੀ ਫੈਕਟਰੀਆਂ ਜਾਂ, ਕਦੋਂ ਹੋਏਗਾ ਇਹ, ਕਦੋਂ ਹੋਏਗਾ ਜੀ, ਜੋ ਇਸ ਚੀਜ਼ ਦੇ ਵਿੱਚ ਲੁਧਿਆਣਾ ਗਲੀਆਂ ਦੀ ਫੈਕਟਰੀ ਨਾਲ ਭਰਿਆ ਪਿਆ, ਇਹ ਭਾਈ ਸਾਹਿਬ ਮੈਂ ਤੁਹਾਨੂੰ ਫੇਰ ਕਹੀ, ਇਹ ਜੀ ਵਿਦ ਇਨ ਡੇਜ਼ ਦੇ ਵਿੱਚ ਜਦੋਂ ਕੋਈ ਹਾਦਸਾ ਆਉਂਦਾ ਹੈ ਤਾਂ ਪਹਿਲੀ ਗੱਲ ਤਾਂ ਹਾਦਸਾ ਆਉਣਾ ਨਹੀਂ ਚਾਹੀਦਾ, ਜੇ ਹਾਦਸਾ ਆਉਂਦਾ ਤਾਂ ਹੱਲ ਲੈ ਕੇ ਆਉਂਦਾ ਹੈ ਨਾਲ, ਜੇ ਸਮੋਗ ਵਾਲਾ ਇਸ਼ੂ ਹੋਇਆ ਸੀਗਾ ਉਹਨੂੰ ਰੇਜ਼ ਕੀਤਾ ਤਾਂ ਉਦੋਂ ਬਾਅਦ ਦੇ ਵਿੱਚ ਬਹੁਤ ਪ੍ਰਵੈਂਸ਼ਨ ਹੋਈ ਹੈ ਉਸ ਚੀਜ਼ ਦੇ ਉੱਪਰ, ਇਹਦੇ ਉੱਤੇ ਅਜੇ ਕੋਈ ਦਿਨ ਲੱਗਣਗੇ, ਫਾਇਰ ਵਿਭਾਗ ਦੇ ਮੁਲਾਜ਼ਮਾਂ ਦੀ ਟ੍ਰੇਨਿੰਗ ਕਦੋਂ ਹੋ ਰਹੀ ਹੈ, ਉਹਨਾਂ ਦੇ ਪਰਿਵਾਰ ਵਾਲੇ ਰੋ ਰਹੇ ਨੇ, ਤੁਸੀਂ ਸਕਰੀਨ ਤੇ ਵੇਖੋ ਜ਼ਰਾ, ਸਕਰੀਨ ਤੇ ਵੇਖੋ, ਸ਼ਰਮਿੰਦ ਜੀ ਮੈਨੂੰ ਇੱਕ ਵਾਰ ਅਣੂ ਵਿੱਚ ਰੋਕਣਾ ਪੈ ਰਿਹਾ ਕਿ ਪੰਜਾਬ ਸਿਰਫ 10 ਸਾਲ ਪਹਿਲਾਂ ਹੀ ਬਣਿਆ, ਪੰਜਾਬ ਸਿਰਫ 10 ਸਾਲ ਪਹਿਲਾਂ ਬਣਿਆ, ਇਹ ਗੱਲ ਭਾਈ ਸਾਹਿਬ 2 ਮਿੰਟ ਭਾਈ ਸਾਹਿਬ, ਪੰਜਾਬ ਜਦੋਂ ਤੋਂ ਬਣਿਆ ਉਸ ਤੋਂ ਬਾਅਦ ਕਿੰਨੀ ਸਰਕਾਰ ਆਈਆਂ ਨੇ, ਕਿਸੇ ਇੱਕ ਸਰਕਾਰ ਦੀ ਘਾਟ ਨਹੀਂ ਹੈ, ਮੈਂ ਵਾਰ ਵਾਰ ਕਹਿ ਰਿਹਾ, ਮੈਂ ਗੱਲ ਨੂੰ ਗੈਰ ਰਾਜਨੀਤਿਕ ਤੌਰ ਤੇ ਰੱਖ ਰਿਹਾ, ਇਹ ਗੱਲ ਨੂੰ ਰਾਜਨੀਤੀ ਵਾਲੇ ਪਾਸੇ ਲਿਜਾ ਰਹੇ ਨੇ, ਮੈਂ ਕਹਿ ਰਿਹਾ ਸਿਸਟਮ ਦੀ ਘਾਟ ਹੈ, ਸੋਸ਼ਲ ਕੀ ਕਰਨ ਗਏ ਸੀ ਤੁਸੀਂ, ਸਾਡਾ ਜੀ ਅੱਜ ਰਾਮ ਰਾਮ ਗੱਲ ਕਰਦੇ ਹੋ ਨੌਨ ਪੋਲਿਟਿਕਸ ਦੀ, ਜਦੋਂ ਤੁਸੀਂ ਜਾਣ ਦੀ ਗੱਲ ਕਰੋਗੇ ਤਾਂ ਅਸੀਂ ਗੱਲ ਕਰਾਂਗੇ, ਗੱਲ ਲੰਬਾ ਦੀ ਸਾਨੂੰ ਦਿੱਲੀ ਜਾਣਾ ਨਾ, ਪੰਜਾਬ ਦੀ ਤਰ੍ਹਾਂ ਖਰਾਬ ਹਾਲ ਕੀ ਜਾਣਾ, ਮੜੇ ਲੋਟੀ ਦੇ ਗਏ ਆ ਦਿੱਲੀ ਜੀ, ਦਿੱਲੀ ਦਾ ਸਰਕਾਰ ਦੇ ਪਰ ਦਿੱਲੀ ਦਾ ਮੈਂਬਰ ਵੀ ਸਰਕਾਰ ਹੈ ਜੀ, ਕਾਰਪੋਰੇਸ਼ਨ ਦੇ ਜਿਹੜਾ ਹੋਇਆ ਉਸਰਾਂ ਨੂੰ ਕੰਮ ਨਹੀਂ ਦੇ ਦਿੱਤਾ, ਦਿੱਲੀ ਜਿਨ੍ਹਾਂ ਦੀ ਸਰਕਾਰ ਚ ਵੀ ਆ, ਇਸ ਥਾਂ ਤੇ ਮੈਂ ਫੇਰ ਇੱਕ ਬੇਨਤੀ ਮਿਲ ਗਿਆ, ਲੁਧਿਆਣੇ ਮੁੱਦੇ ਦੇ, ਲੁਧਿਆਣੇ ਦੀ ਲਕਸ਼ਮ ਮੈਂਬਰ ਇਹ ਕੋਈ ਗੱਲ ਨਹੀਂ, ਸਾਡੇ ਜੀ 2 ਮਿੰਟ ਕਿੱਥੇ ਖੜਦੇ ਨੇ, 1 ਮਿੰਟ ਸਰ ਜੀ, 15 ਮੌਤਾਂ ਹੋਈਆਂ ਨੇ, 15 ਮੌਤਾਂ ਨੂੰ ਸੀਰੀਅਸਲੀ ਲੈ ਲਓ, 15 ਮੌਤਾਂ ਨੂੰ ਸੀਰੀਅਸ ਲੈ ਲਓ, 15 ਮੌਤਾਂ, ਅਜੇ ਵੀ ਕਈ ਲੋਕ ਦੱਬੇ ਹੋਏ ਨੇ, ਰੈਸਕਿਊ ਆਪਰੇਸ਼ਨ ਚੱਲਦੇ ਆ, ਸ਼ਾਂਤੀ ਰੱਖ ਲਓ ਸਾਰੇ, 15 ਮੌਤਾਂ ਹੋਈਆਂ ਨੇ, ਰੌਲਾ ਨਾ ਪਾਓ, 15 ਮੌਤਾਂ ਹੋਈਆਂ ਨੇ, 15 ਮੌਤਾਂ ਨੂੰ ਗੰਭੀਰਤਾ ਨਾਲ ਲਓ, 15 ਮੌਤਾਂ ਨੂੰ ਗੰਭੀਰਤਾ ਦੇ ਨਾਲ ਲਓ ਸਾਰੇ ਮਿਲ ਕੇ, ਬੜਾ ਅਫਸੋਸ ਹੈ, ਇਹ ਦਿੱਲੀ ਨੂੰ ਭੱਜ ਪੈਂਦੇ ਨੇ, ਮੈਂ ਤਾਂ ਕਹਿ ਰਿਹਾ ਕਿ ਸਾਰੀ ਪਾਰਟੀਆਂ, ਅਸੀਂ ਸਾਰੇ ਨੁਮਾਇੰਦੇ ਜਿੱਥੇ ਬੈਠੇ ਆ, ਇਹ ਟਈਆ ਕਰੀਏ ਆਪ ਆਪਦੀ ਪਾਰਟੀਆਂ ਨੂੰ, ਅਸੀਂ ਇੱਥੇ ਜੀ ਰਾਜਨੀਤੀ ਕਰਨ ਨੂੰ ਹੋਰ ਮੁੱਦੇ ਬਹੁਤ ਹੈਗੇ ਆ, ਮੈਂ ਫਿਰ ਵੀਰਾਂ ਨੂੰ ਬੇਨਤੀ ਕਰਦਾ ਕਿ ਅਸੀਂ ਇਸ ਜੋ ਕਮੀਆਂ ਰਹੀਆਂ ਉਹਨਾਂ ਦਾ ਹੱਲ ਕਰ ਸਕੀਏ, ਸਰਕਾਰ ਦਾ ਸਾਥ ਦਿਓ, ਨਾ ਕਿ ਸਰਕਾਰ ਨੇ 6 ਮਹੀਨੇ ਦੇ ਵਿੱਚ
ਬਹੁਤ ਸਮੱਸਿਆਵਾਂ ਦਾ ਹੱਲ ਕੀਤਾ ਹੈ। ਤੁਸੀਂ ਸਟੈਪਸ ਲਿਓ ਇਹਨੂੰ ਰੈਗੂਲਰਾਈਜ਼ ਕਰਨ ਵਾਸਤੇ, ਸਾਡੀ ਪਾਰਟੀ ਵੱਲੋਂ ਅਸੀਂ ਤੁਹਾਡੇ ਨਾਲ ਦਵਾਂਗੇ, ਮੈਂ ਪਾਰਟੀ ਵੱਲੋਂ ਤੁਹਾਨੂੰ ਬਾਰ ਬਾਰ ਕਿਸੇ ਦੇ ਕੋਸ਼ਿਸ਼ ਕਰੋ, ਕਿਸੇ ਦਾ ਘਰ ਉੱਜੜ ਗਿਆ, 15 ਮੌਤਾਂ ਹੋ ਗਈਆਂ, ਉਹਨਾਂ ਤੇ ਸਿਆਸਤ ਕਰਨਾ ਬੈਰਾਗੀ ਸਾਹਿਬ ਨੂੰ ਬੋਲਣ ਦਿਓ, ਬੈਰਾਗੀ ਸਾਹਿਬ ਹੱਲ ਦੇਣ ਸਾਨੂੰ, ਇਹ ਕਿਸ ਦੀ ਸ਼ਹਿ ਤੇ ਹੋਇਆ ਹੋਊਗਾ ਸਭ ਕੁਝ। ਦੇਖੋ ਗੱਲ ਇਹ ਆ, ਸਾਡੇ ਕਾਂਗਰਸ ਸ਼ਹਿ ਨਹੀਂ ਜੀ, ਇਹ ਫੇਲਿਅਰ ਆਫ ਗਵਰਨੈਂਸ ਆ, ਨੈਗਲੀਜੈਂਸ ਆ। ਮਤਲਬ ਜਿਹੜੀਆਂ 2 ਮੰਜ਼ਲਾਂ ਤੋਂ 5 ਮੰਜ਼ਲਾਂ ਬਣ ਗਈਆਂ ਉਦੋਂ ਹੁੰਦੀ ਆ ਜਿਵੇਂ ਮੈਂ ਪਹਿਲਾਂ ਸਟਾਰਟਿੰਗ ਚ 2012 ਵਿੱਚ ਬਣੀਆਂ ਜੀ, ਗਵਾਂਢੀ ਸ਼ਿਕਾਇਤ ਕਰਦੇ ਰਹੇ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਿਰਕੀ, ਕਿਸੇ ਨੇ ਬਹੁਦਰ ਨਹੀਂ ਕੀਤਾ। 7 ਮਹੀਨੇ ਪਹਿਲਾਂ ਸਿੱਧੂ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ, ਮੈਂ ਕਾਂਗਰਸ ਪ੍ਰਵਕਤਾ ਤੋਂ ਪੁੱਛਣਾ ਚਾਹੁੰਦਾ ਵੀ ਫਾਇਰ ਸੇਫਟੀ ਐਕਟ 2004 ਆਲਰੇਡੀ ਹੈਗਾ, ਆ ਸਾਡਾ ਨੈਸ਼ਨਲ ਬਿਲਡਿੰਗ ਕੋਡਸ ਹੈਗੇ ਆ, ਇਹ ਨਵਾਂ ਕੀ ਲਿਆ ਰਹੇ ਆ, ਉਸੇ ਨੂੰ ਲਾਗੂ ਕਰ ਦੇਣ, ਮੈਨੂੰ ਸਮਝ ਨਹੀਂ ਆਈ ਨਵਾਂ ਕੀ ਲਿਆ ਰਹੇ ਆ। ਜਦੋਂ ਦੀ ਸਿੱਧੂ ਸਾਹਿਬ ਨੇ ਸਟੇਟਮੈਂਟ ਦਿੱਤੀ ਆ 7-8 ਕੈਜੂਅਲਟੀਆਂ ਹੋ ਗਈਆਂ, ਨਵਾਂ ਕੀ ਕੀਤਾ? ਸਾਡੇ ਫਾਇਰਸ ਵਾਲੇ ਮੁਲਾਜ਼ਮਾਂ ਕੋਲੇ ਇਕਿਊਪਮੈਂਟ ਹੈ ਨਹੀਂ, ਟ੍ਰੇਨਿੰਗ ਹੈ ਨਹੀਂ, ਪਰ 10 ਸਾਲ ਵਾਲੇ ਨੂੰ ਤਾਂ ਪੁੱਛਣਾ ਪਏਗਾ ਨਾ। ਤੁਹਾਡੀ ਗੱਲ ਬਿਲਕੁਲ 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 ਵਾਜਬ, ਬਿਲਕੁਲ ਵਾਜਬ ਹੈ। ਮੈਂ ਸਿਰਫ 10 ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਪੰਜਾਬ 10 ਸਾਲ ਪਹਿਲਾਂ ਨਹੀਂ ਬਣਿਆ, ਪੰਜਾਬ ਸਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਟ੍ਰੇਨਿੰਗ 10 ਸਾਲ 'ਚ ਤਾਂ ਹੋ ਸਕਦੀ ਸੀ, ਪੰਜਾਬ ਚਾਹੇ ਪਹਿਲਾਂ ਬਣਿਆ ਸੀ। ਆ ਜੋ ਟੀਵੀ ਤੇ ਜੋ ਸੀਨ ਆ ਰਹੇ ਨੇ, ਜੋ ਟੀਵੀ ਤੇ ਸਾਰੇ ਜੋ ਦ੍ਰਿਸ਼ ਦਿਖਾ ਰਹੇ ਹੋ, ਇਹ ਅੰਦਰ ਦਿਲ ਨੂੰ ਚਕਚੋੜਦੇ ਪਏ ਨੇ, ਬੜਾ ਦੁੱਖ ਹੈ ਵਾਕਈ ਇਸ ਗੱਲ ਦਾ। ਮੈਂ ਕਹਿੰਦਾ ਜਿਸ ਦੇ ਪਿਆਸ ਤੇ ਕਮੀ ਰਹੀ, ਆਓ ਇਸ ਕਮੀ ਨੂੰ ਮਿਲ ਕੇ ਆਪਾਂ ਠੀਕ ਕਰੀਏ। ਮੈਨੂੰ ਅੱਜ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੰਦਰ ਗਏ, ਉਹਨਾਂ ਨੇ ਗਿੱਲੇ ਕੱਪੜੇ ਪਾਏ, ਤਾਂ ਗਿੱਲੇ ਕੱਪੜੇ ਆਪਦੇ ਕੱਪੜੇ ਗਿੱਲਾ ਕੀਤਾ ਕਿ ਅੱਗ ਸਾਨੂੰ ਨਾ ਫੜੇ। ਇਹ ਹਾਲਾਤ ਜੋ ਵੀ ਆਈਆਂ, ਜਿਸ ਕਰਕੇ ਵੀ ਚੀਜ਼ਾਂ ਕਰਕੇ ਆਈਆਂ, ਮੈਂ ਬਿਲਕੁਲ ਮੰਨਦਾ ਇਹ ਚੀਜ਼ਾਂ ਠੀਕ ਹੋਣੀ ਚਾਹੀਦੀਆਂ ਅੱਜ ਦੇ ਟਾਈਮ 'ਚ। ਮੈਂ ਕਹਿੰਦਾ ਹੁਣ ਇਹਨਾਂ ਕੋਲ ਮੌਕਾ ਠੀਕ ਕਰਨ, ਤੇ ਆਲਰੇਡੀ ਰੋਡ ਮੈਪ ਬਣੇ ਨੇ, ਤੁਸੀਂ ਕਾਨੂੰਨ ਪੜ੍ਹੋ, ਜੇ ਹੁਣ ਬੈਰਾਗੀ ਜੀ ਦੱਸ ਰਹੇ ਨੇ ਕਾਨੂੰਨ ਪੜ੍ਹੋ, ਕਾਨੂੰਨ 'ਚ ਬਹੁਤ ਕੁਝ ਲਿਖਿਆ, ਇੰਪਲੀਮੈਂਟੇਸ਼ਨ ਕਰਨ, ਧਿਆਨ ਥੋੜ੍ਹਾ ਜਿਹਾ ਰਾਜਨੀਤਿਕ ਉਠਾ ਪਟਕ ਤੋਂ ਜਾਂ ਬਿਆਨਬਾਜ਼ੀ ਤੋਂ ਪਰੇ ਹਟਕੇ ਹੁਣ ਥੋੜ੍ਹੇ ਧਿਆਨ ਇਸ ਪਾਸੇ ਦੇ ਦੇਣ, ਛੱਡ ਦੇਣ ਪਿਛਲੀ ਕਮੀਆਂ ਕੀ ਰਹਿ ਗਈਆਂ, ਇਹਨਾਂ ਤੋਂ ਬੈਟਨ ਆ ਗਈ ਹੈ, ਇਹ ਉਸ ਕਮੀਆਂ ਨੂੰ ਦੂਰ ਸਰਬਜੋਤ ਜੀ ਦੂਰ ਕਰਨ ਉਸਨੂੰ। ਬਿਲਕੁਲ, ਮੈਂ ਤਾਂ ਪਹਿਲਾਂ ਸਟਾਰਟਿੰਗ ਇਸ ਗੱਲ ਤੋਂ ਕੀਤੀ ਸੀ ਵੀ ਅਸੀਂ ਸ਼ਰਮ ਜੀ, ਮੈਂ ਪਹਿਲਾਂ ਸਟਾਰਟਿੰਗ ਇਸੇ ਗੱਲ ਤੋਂ ਕੀਤੀ ਸੀ ਵੀ ਅਸੀਂ ਇਸ ਜੇ ਰਾਜਨੀਤਿਕ ਬਹਿਸ 'ਚ ਪੈ ਗਏ ਤੇ ਇਹਦਾ ਕੋਈ ਸਾਡੀ ਡਿਬੇਟ ਦਾ ਕੋਈ ਫਾਇਦਾ ਨਹੀਂ, ਅਸੀਂ ਇੱਕ ਦੂਜੇ ਦੂਸ਼ਣਬਾਜ਼ੀ ਕਰਾਂਗੇ ਤੇ ਕਰਦੇ ਰਹਿਣਾ ਤੇ ਕਰਦੇ ਰਹੇ ਆ, ਪਰ ਇਸ ਇਸ਼ੂ ਤੇ ਜਿਹੜਾ ਹੱਲ ਆ ਆਪਾਂ ਹੱਲ ਤੇ ਆਈਏ ਜੇ, ਕਿਉਂਕਿ ਗੱਲਾਂ ਬਹੁਤ ਨੇ। 1996 ਵਿੱਚ ਵੀ ਯਾਦ ਕਰੋ ਜਦੋਂ ਦੀਵਾਲੀ ਦੀ ਰਾਤ ਬਹੁਤ ਵੱਡਾ ਕਾਂਡ ਲੁਧਿਆਣੇ 'ਚ ਹੋਇਆ ਸੀਗਾ, ਬਹੁਤ ਵੱਡੀਆਂ ਜਾਨਾਂ ਗਈਆਂ ਸੀ, ਉਸ ਮੌਕੇ ਦੇ ਕਮਿਸ਼ਨਰ ਸੀਗੇ ਕਾਰਪੋਰੇਸ਼ਨ ਦੇ ਕੁਲਬੀਰ ਸਿੰਘ ਸਿੱਧੂ, ਉਹਨਾਂ ਨੂੰ ਪੁੱਛ ਲਓ ਉਸ ਮੌਕੇ ਤੇ ਕੀ ਕੁਛ ਹੋਇਆ, ਕਿੰਨੀਆਂ ਜਾਨਾਂ ਗਈਆਂ, ਜੇ ਇਹੋ ਜਿਹੇ ਹੀ ਐਪੀਸੋਡ ਦੱਸਣ ਲੱਗੇ ਇਹ ਸਾਡੀ ਡਿਬੇਟ ਦਾ ਕੋਈ ਫਾਇਦਾ ਨਹੀਂ। ਮੈਂ ਗੱਲ ਪਹਿਲਾਂ ਕਹੀ ਆ, ਭਾਵੇਂ 1996 ਤੋਂ ਪਹਿਲਾਂ ਚੱਲ ਜਾਓ, ਭਾਵੇਂ ਹੁਣ ਦੇ ਸਮੇਂ ਜਾ ਜਾਓ, ਭਾਵੇਂ ਪਿਛਲੇ 10 ਸਾਲ ਜਾ ਜਾਓ, ਜੇ ਆਪਾਂ ਇਸ਼ੂ 'ਤੇ ਨਾ ਗਏ, ਜਿਹੜੀਆਂ ਗੱਲਾਂ 'ਤੇ ਆਪਾਂ ਨਾ ਅਮਲ ਕੀਤਾ, ਜੇ ਆਪਾਂ ਉਹਨਾਂ ਗੱਲਾਂ ਵੱਲ ਫਾਇਰ ਸੇਫਟੀ ਐਕਟ ਲਿਆਂਦਾ ਇਹਨਾਂ ਨੇ, ਉਹਨੂੰ ਪ੍ਰੋਪਰ ਲਾਗੂ ਕਰੋ, ਉਹਦਾ ਆਡਿਟ ਕਰਾਓ, ਜਿਹੜੀ ਮੈਂ ਗੱਲ ਕਹੀ ਆ, ਅੱਜ ਤੁਸੀਂ ਵੀ ਇੱਥੇ ਇੱਕ ਗੱਲ ਕਹੀ ਆ ਵੀ ਰੈਜੀਡੈਂਸ਼ੀਅਲ ਏਰੀਏ ਕਰਕੇ ਉੱਥੇ ਜਿਹੜਾ ਆਪਰੇਸ਼ਨ ਚੱਲ ਰਿਹਾ ਉਹ ਬਹੁਤ ਡਿਲੇ ਹੋ ਰਿਹਾ, ਜਿੰਨਾ ਚਿਰ ਤੱਕ ਸਾਡੀਆਂ ਇਹ ਚੀਜ਼ਾਂ ਫੈਕਟਰੀਆਂ ਜਿਹੜੀਆਂ ਕਿ ਉੱਥੇ ਬੈਠੀਆਂ ਜਿਹਨਾਂ ਤੋਂ ਅੱਗ ਲੱਗਦੀ ਆ, ਇਹਨਾਂ ਨੂੰ ਅਸੀਂ ਸ਼ਹਿਰ 'ਚੋਂ ਬਾਹਰ ਨਹੀਂ ਕੱਢਦੇ, ਇਹਨਾਂ ਦਾ ਵੱਖਰਾ ਫੋਕਲ ਪੁਆਇੰਟ ਨਹੀਂ ਬਣਾਉਂਦੇ, ਇਹਨਾਂ ਚੀਜ਼ਾਂ ਦਾ ਹੱਲ ਨਹੀਂ ਹੋਣਾ, ਇਹ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਬਹੁਤ ਵੱਡੇ ਪੱਧਰ ਦੀ ਲੋੜ ਆ। ਸਰਬਜੋਤ ਜੀ ਫਿਰ ਤੁਸੀਂ ਵੀ ਥੋੜ੍ਹਾ ਜਿਹਾ ਦਿਲ ਵੱਡਾ ਕਰੋ, ਤੁਸੀਂ ਕਹੋ ਕਿ 10 ਸਾਲ ਅਸੀਂ ਕੁਝ ਨਹੀਂ ਕੀਤਾ, ਫੈਕਟਰੀਆਂ ਲਗਾਤਾਰ ਉੱਥੇ ਲੱਗਦੀ ਰਹੀ, ਕਾਂਗਰਸ ਵਾਲਿਓ ਤੁਸੀਂ ਕਰੋ, ਤੁਸੀਂ 77 ਸੀਟਾਂ ਲਈਆਂ, ਇਹ ਵੱਡਾ ਦਿਲ ਕਰਕੇ ਤੁਸੀਂ ਕਹਿ ਦਿਓ ਅੱਜ। ਮੈਂ ਕਿਹਾ ਸ਼ਰਮਤ ਜੀ, ਤੁਸੀਂ ਸ਼ਰਮਤ ਜੀ ਕਿਉਂ ਵੱਡਾ ਦਿਲ ਗੱਲ ਕਹੀਏ, 10 ਸਾਲ 'ਚ ਇੱਕ ਫੈਕਟਰੀ ਦੱਸ ਦੋ, ਰੈਜੀਡੈਂਸ ਜੋ ਲੱਗੀ ਹੋਵੇ, ਤੁਸੀਂ ਕਿਉਂ ਗਲਤ ਗੱਲ ਕਰ ਰਹੇ ਹੋ? 2012 ਜਦੋਂ ਉੱਥੇ 2 ਤੋਂ 5 ਮੰਜ਼ਿਲਾ ਹੋ ਗਈ, ਮਤਲਬ ਤੁਸੀਂ ਵੱਡਾ ਦਿਲ ਨਹੀਂ ਕਰ ਰਹੇ ਜੀ? ਸਰਬਜੋਤ ਜੀ ਇੱਕ ਮਿੰਟ, ਸਰਬਜੋਤ ਜੀ ਤੁਹਾਡੀ ਪਾਰਟੀ ਚੋਂ, ਤੁਹਾਡੀ ਪਾਰਟੀ ਅਕਾਲੀ ਬੀਜੇਪੀ ਚੋਂ ਕੌਣ ਕੌਣ ਗਿਆ ਲੁਧਿਆਣੇ? ਅਕਾਲੀ ਬੀਜੇਪੀ ਚੋਂ ਕੌਣ ਕੌਣ ਲੁਧਿਆਣੇ ਵਿਜ਼ਿਟ ਕਰਨ ਗਿਆ? ਮੈਂ ਤਾਂ ਕਹੀ ਜਾਣਾ 10 ਸਾਲ ਸਰ, ਕੌਣ ਕੌਣ ਵਿਜ਼ਿਟ ਕਰਨ ਗਿਆ ਉੱਥੇ? ਦੇਖੋ ਸਾਡੀ ਲੋਕਲ ਲੀਡਰਸ਼ਿਪ, ਸਾਡੀ ਸਾਰੀ ਲੀਡਰਸ਼ਿਪ ਲੋਕਲ ਜਿੰਨੇ ਦੀ ਲੁਧਿਆਣੇ, ਉੱਥੇ ਚੈੱਕ ਕਰ ਲਓ ਕਿਹੜਾ ਲੀਡਰ ਸਾਡਾ ਨਹੀਂ ਗਿਆ। ਸਾਡੇ ਉੱਥੇ
ਸਾਡੇ ਉੱਥੇ ਵਰਕਰ ਨੇ, ਉੱਥੇ ਉਹਨਾਂ ਨੇ ਮਿਲ ਕੇ ਰੈਸਕਿਊ ਆਪਰੇਸ਼ਨ ਸਾਥ ਦਿੱਤਾ ਉੱਥੇ, ਜਦੋਂ ਪਾਦਰੀ ਦਾ ਮਰਡਰ ਹੋਇਆ ਸੀ ਸਾਰੇ ਗਏ ਸੀ ਤੇ ਇੱਥੇ ਇੰਨੀਆਂ ਜਾਨਾਂ ਚਲੀ ਗਈਆਂ, ਇੱਥੇ ਕੋਈ ਵੱਡਾ ਚਿਹਰਾ ਨਹੀਂ ਗਿਆ, ਇੱਥੇ ਕੋਈ ਵੱਡਾ ਚਿਹਰਾ ਨਹੀਂ ਗਿਆ ਅਕਾਲੀ ਬੀਜੇਪੀ ਦਾ। ਦੇਖੋ ਇਹ ਸ਼ਰਮ ਜੀ ਇਹ ਜਿਹੜੀ ਚੀਜ਼ ਹੁੰਦੀ ਹੈ ਜਾਣ ਨਾਲ, ਅਸੀਂ ਉੱਥੇ ਕੋਈ ਪ੍ਰੈਸ ਦੀ ਉਹ ਨਹੀਂ ਲੈਣੀ ਜਾ ਕੇ ਫੋਟੋ ਖਿਚਾ ਕੇ ਘਰ ਨੂੰ ਆ ਗਏ। ਸਰ ਪਰਿਵਾਰਾਂ ਦਾ ਦੁੱਖ ਤਾਂ ਵੰਡਿਆ ਜਾ ਸਕਦਾ ਹੈ ਨਾ, ਵੱਡਾ ਦਿਲ ਕਰਕੇ ਅਸੀਂ ਧੰਨਵਾਦ, ਪਰਿਵਾਰਾਂ ਦਾ ਦੁੱਖ ਤਾਂ ਵੰਡਿਆ ਜਾ ਸਕਦਾ ਹੈ ਨਾ, ਪਰਿਵਾਰਾਂ ਅਜੇ ਪਰਿਵਾਰਾਂ ਨਾਲ ਦੁੱਖ ਬਿਲਕੁਲ ਉਹਨਾਂ ਦੇ ਘਰਾਂ 'ਚ ਹੀ ਜਾਵਾਂਗੇ। ਜੇ ਤੁਸੀਂ ਆਪਣੀ ਗਲਤੀ ਮੰਨਦੇ ਹੋ ਤਾਂ ਉੱਥੇ ਕੰਪਨਸੇਸ਼ਨ ਜਾ ਕੇ ਦਿੰਦੇ, ਸਥਿਤੀ ਕੀ ਆ ਸ਼ਰਮਿਤ ਪਰਿਵਾਰਾਂ ਦੇ ਨਾਲ ਗੱਲ ਜੀ, ਕੰਪਨਸੇਸ਼ਨ ਜਾ ਕੇ ਦਿੰਦੇ ਨਾ ਵੱਡਾ ਦਿਲ ਕਰਕੇ, ਪਰਿਵਾਰਾਂ ਨਾਲ ਗੱਲ ਕਰਨ ਵਾਲਾ ਮਾਹੌਲ ਹੈਗਾ ਪਰਿਵਾਰ। ਸਰ ਕੰਪਨਸੇਸ਼ਨ ਮੱਲਮ ਲਾਣਾ ਅਸੀਂ ਤੇ ਜਾਵਾਂਗੇ, ਵੱਡਾ ਦਿਲ ਕਰਕੇ ਕੰਪਨਸੇਸ਼ਨ ਦੇ ਦਿੰਦੇ। ਸਰਕਾਰ ਨੇ ਤਾਂ 10 ਲੱਖ ਦਾ ਕੀਤਾ ਹੈ, ਉਹਨੂੰ ਨਾਕਾਫੀ ਦੱਸਿਆ ਜਾ ਰਿਹਾ, ਆਮ ਆਦਮੀ ਪਾਰਟੀ ਵੱਲ 25 ਲੱਖ ਦੀ ਮੰਗ ਹੋ ਰਹੀ ਹੈ, ਤੁਸੀਂ ਵੱਡਾ ਦਿਲ ਕਰਕੇ ਕੰਪਨਸੇਸ਼ਨ ਦਿੰਦੇ। ਤੁਸੀਂ ਕਹਿ ਰਹੇ ਹੋ ਕਿ ਇਹ ਸਿਸਟਮ ਪੂਰਾ ਚੱਲਿਆ ਆ ਰਿਹਾ ਹੈ, ਤੁਸੀਂ ਜਾ ਕੇ ਮੱਲਮ ਲਾਉਂਦੇ ਥੋੜਾ ਜਿਹਾ। ਅਸੀਂ ਦੇਖੋ ਜੀ ਇਹ ਤਾਂ ਪਾਰਟੀ ਅਸੀਂ ਕੰਪਨਸੇਸ਼ਨ ਦਾ ਸਰਕਾਰ ਨੇ ਦੇਣਾ ਜੀ, ਅਸੀਂ ਆਮ ਆਦਮੀ ਪਾਰਟੀ ਕੋਲ ਪੁੱਛੇ 25 ਲੱਖ ਬੋਲਦੇ ਨੇ, ਆਮ ਆਦਮੀ ਪਾਰਟੀ ਵਾਲੇ ਕਿੰਨੇ ਜਾ ਕੇ ਆਏ, ਆਮ ਆਦਮੀ ਪਾਰਟੀ ਵਾਲੇ 25 ਲੱਖ ਰੁਪਏ ਬਾਹਰ ਪੜਿਆ ਕਰੋ। ਦੇਖੋ ਅਸੀਂ ਕਹਿੰਦੇ ਲੋਕਲ ਐਡੀਸ਼ਨ ਤੇਰਾ ਕੰਮ ਸਰਕਾਰ ਨੇ, ਕਾਰਪੋਰੇਸ਼ਨ ਦਾ ਆਪ ਦਾ ਬਜਟ ਹੁੰਦਾ, ਉਹਦੇ ਵਿੱਚ ਅੱਜ ਗੋਲਵੜੀਆ ਜੀ ਉੱਥੋਂ ਦੇ ਮੇਅਰ ਨੇ, ਨਹੀਂ ਜੀ ਨਹੀਂ ਹੁਣ ਮੇਅਰ ਭੰਗ ਹੋ ਚੁੱਕਿਆ ਨੇ, ਇਹਨਾਂ ਨੂੰ ਇਹ ਨਹੀਂ ਪਤਾ ਹੁਣ ਤਾਂ ਕਾਰਪੋਰੇਸ਼ਨ ਭੰਗ ਹੋ ਗਈ, ਸਪਟੈਂਬਰ 'ਚ ਹੋ ਗਏ ਸੀ, ਸਪਟੈਂਬਰ 'ਚ ਹੋ ਗਏ ਸੀ, ਪਰ 10 ਸਾਲ ਉੱਥੇ ਤੁਹਾਡਾ ਹੀ ਰਾਜ ਰਿਹਾ, 10 ਸਾਲ ਸਰਕਾਰ ਵੀ ਤੁਹਾਡੀ ਸੀ, ਸਟੇਟ ਵਿੱਚ ਵੀ ਤੁਸੀਂ ਸੀ, ਕਾਰਪੋਰੇਸ਼ਨ 'ਚ ਵੀ ਤੁਸੀਂ ਸੀ। ਮਹਾਰਾਜ ਮੈਂ ਅੱਜ ਦੀ ਗੱਲ ਕਰ ਰਿਹਾ, ਤੁਸੀਂ ਇਹ ਕਾਰ ਕਰ ਰਹੇ ਨੇ ਕੰਪਨਸੇਸ਼ਨ ਦੀ। ਸਰ ਪਰ ਫੈਕਟਰੀ ਰਾਤੋਂ ਰਾਤ ਤਾਂ ਨਹੀਂ ਖੜੀ ਹੋ ਗਈ ਉੱਥੇ, ਰਾਤੋਂ ਰਾਤ ਤਾਂ ਨਹੀਂ ਖੜੀ ਹੋ ਗਈ ਫੈਕਟਰੀ, ਹੁਣ ਅਸੀਂ ਲੁਧਿਆਣੇ ਨੂੰ ਦੁਬਾਰਾ ਹਾਦਸਾ ਨਹੀਂ ਹੋਏਗਾ ਕਦੋਂ? ਸ਼ਰਮਾ ਜੀ ਦੱਸੋ ਵੀ ਜਿਹੜਾ ਉੱਥੇ ਕੈਮੀਕਲ ਪਿਆ ਸੀ, ਜਿਹੜਾ ਉੱਥੇ ਕੈਮੀਕਲ ਪਿਆ ਸੀ, ਉਹ ਕੈਮੀਕਲ ਦੀ ਜਾਂਚ ਕਿਸੇ ਨੇ? ਸਰਕਾਰਾਂ ਤੇ ਦੋਸ਼ ਦੇਣ ਨਾਲੋਂ, ਸਰਕਾਰਾਂ ਤੇ ਦੋਸ਼ ਦੇਣ ਨਾਲੋਂ ਸਭ ਤੋਂ ਪਹਿਲਾਂ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ। ਚਲੋ ਠੀਕ ਹੈ ਜੀ, ਧੰਨਵਾਦ ਸਵਾਲਾਂ ਦਾ, ਹਾਦਸਾ ਮੁੱਦੇ ਦੀ ਬਾਤ ਵਿੱਚ ਸਮਾਂ ਪੂਰਾ ਹੋ ਗਿਆ, ਮਾਫੀ ਚਾਹਾਂਗੇ, ਹੋਰ ਤੁਹਾਡੇ ਕਮੈਂਟਸ ਨਹੀਂ ਲੈ ਪਾਵਾਂਗੇ। ਚਾਲ ਸਾਹਿਬ, ਵਰਮਾ ਸਾਹਿਬ, ਸਰਬਜੋਤ ਜੀ, ਬੈਰਾਗੀ ਸਾਹਿਬ, ਸਭ ਦਾ ਧੰਨਵਾਦ। ਅਸੀਂ ਸਵਾਲ ਪੁੱਛਿਆ ਕਿ ਲੁਧਿਆਣਾ ਅਗਨੀਕਾਂਡ ਵਰਗੇ ਹਾਦਸੇ ਰੋਕਣ ਦੇ ਲਈ ਰੋਡਮੈਪ ਬਣਨਾ ਚਾਹੀਦਾ ਹੈ। ਜਵਾਬ ਜਿਹੜੇ ਤੁਹਾਡੇ SMS ਰਾਹੀਂ ਆਏ ਉਹ ਹੁਣ ਤੁਹਾਡੀ ਸਕਰੀਨ 'ਤੇ ਹੋਣਗੇ। SMS ਰਾਹੀਂ ਆਏ ਨੇ 93% ਹਾਂ ਵਿੱਚ, 7% ਨਾ ਵਿੱਚ। ਸਾਰੇ ਲੋਕ ਚਾਹੁੰਦੇ ਨੇ ਕਿ ਰੋਡਮੈਪ ਬਣਨਾ ਚਾਹੀਦਾ, ਜਲਦੀ ਤੋਂ ਜਲਦੀ ਲੁਧਿਆਣੇ ਤੋਂ ਇੱਦਾਂ ਦੀਆਂ ਖਬਰਾਂ ਹੁਣ ਆਉਣੀਆਂ ਬੰਦ ਹੋ ਜਾਣ, ਕਾਂਗਰਸ ਵਾਲੇ ਸੁਣ ਰਹੇ ਹੋਣਗੇ।